हां जी बच्चे प्यार भरी सात्री काल अगला चैप्टर डिफरेंशियल इक्वेशन ਆਪਾਂ स्टार्ट ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਆਪਾਂ ਚਾਰ ਪਾਰਟ ਅਪਲੋਡ ਕਰ ਚੁੱਕੇ ਹਾਂ ਹਨਾ ਸਾਰੇ ਐਮਸੀਕਿਊ ਵਗੈਰਾ ਇੱਕ ਮਾਰਕ ਤੇ ਇੱਕ ਵਾਰ ਤੁਸੀਂ ਦੇਖ ਲੈਣਾ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਹਿਣ ਵਾਲੇ ਨੇ ਜਿੰਨਾ ਐਨਲਾਈਜ਼ ਮੈਂ ਕੀਤਾ ਹੈ ਪੰਜਾਬ ਬੋਰਡ ਦੇ ਹੁਣ ਤੱਕ ਦੇ ਇਗਜ਼ਾਮ ਨੂੰ ਮੈਕਸਿਮਮ ਪੇਪਰ ਜਿਹੜਾ ਆ ਰਿਹਾ ਸਿੰਪਲੀਫਾਈਡ ਮਟੀਰੀਅਲ ਦੇ ਵਿੱਚੋਂ ਆ ਰਿਹਾ ਕਿ 1 ਮਾਰਕਸ ਦੇ ਆਪਾਂ ਦੇਖੋ ਸਿੰਪਲੀਫਾਈਡ ਮਟੀਰੀਅਲ ਚ ਐਨੇ ਕੁਐਸਚਨ ਨੇ ਐਨੇ ਹੀ ਵਰਪਾ ਕਰ ਲਈਏ ਤਾਂ ਇਸ ਤੋਂ ਬਾਅਦ ਵੈਸੇ ਵੀ ਕੁਝ ਰਹਿ ਨਹੀਂ ਜਾਂਦਾ ਤਾਂ ਸਿੰਪਲੀਫਾਈਡ ਦਾ ਮਤਲਬ ਚੀਜ਼ਾਂ ਨੂੰ ਬਹੁਤ ਹੀ ਸਿੰਪਲ ਕਰਕੇ ਉਹਨਾਂ ਨੇ ਦਿੱਤਾ ਹੋਇਆ ਕਿ ਇਹ ਤੁਸੀਂ ਕਰ ਲਓ ਪਿਊਪਰ ਵੀਲ ਸਕੋਰ ਆ ਗੁੱਡ ਮਾਰਕਸ ਠੀਕ ਹੈ ਜੀ ਤਾਂ ਇਹ ਤਾਂ ਆਪਾਂ ਕਿਸੇ ਵੀ ਕੀਮਤ 에ਗਨੋਰ ਨਹੀਂ ਕਰ ਸਕਦੇ ਇਹਨੂੰ ਹਰ ਹਾਲਤ ਚ ਆਪਾਂ ਨੂੰ ਕਲੀਅਰ ਕਰਨਾ ਹੀ ਹੈ ਠੀਕ ਹੈ ਬੱਚੇ ਤਾਂ ਚਲੋ ਸਟਾਰਟ ਕਰਦੇ ਹਾਂ ਜੇ ਫਸਟ ਟਾਈਮ ਆ ਰਹੇ ਹੋ ਮੇਰੇ ਇਆ ਫਿਰ ਤੁਸੀਂ ਵੇਟ ਕਰ ਲਓ ਸਬਸਕ੍ਰਾਈਬ ਦਾ ਪਹਿਲਾ ਵੀਡੀਓ ਦੇਖ ਲਓ ਅਗਰ ਅੱਛੀ ਲੱਗੇ ਤਾਂ ਸਬਸਕ੍ਰਾਈਬ ਕਰਨਾ ਨਹੀਂ ਲੱਗੇ ਤਾਂ ਮਤ ਕਰਨਾ ਠੀਕ ਹੈ ਜੀ ਚਲੋ ਸਟਾਰਟ ਕਰ ਰਹੇ ਹਾਂ ਇੰਟੀਗ੍ਰੇਟਿੰਗ ਫੈਕਟਰ ਦੱਸਣਾ ਬੱਚੇ ਇਹ ਲੀਨੀਅਰ ਇਕੁਏਸ਼ਨ ਦੀ ਫਾਰਮ ਹੈ ਅਸੀਂ ਜਾਣਦੇ ਹਾਂ ਬੱਚੇ ਕਿ ਸਾਡੇ ਕੋਲ ਇੰਟੀਗ੍ਰੇਟਿੰਗ ਫੈਕਟਰ ਹੁੰਦਾ ਉਹ ਕੀ ਹੁੰਦਾ e ਦੀ ਪਾਵਰ pdx ਇਹ ਸਾਡੇ ਕੋਲ ਇੰਟੀਗ੍ਰੇਟਿੰਗ ਫੈਕਟਰ ਹੁੰਦਾ ਹੁਣ ਆਪਾਂ ਇੱਥੇ p ਫਾਈਂਡ ਕਰਨਾ ਕਿ p ਕੀ ਹੈ p ਹੁੰਦਾ ਬੱਚੇ y ਦੇ ਨਾਲ ਜੋ ਕੋਫੀਸ਼ੀਐਂਟ ਲੱਗਿਆ ਹੁੰਦਾ ਜੋ ਕਿ ਕਿੰਨਾ ਲੱਗਿਆ ਹ -1 x ਲੱਗਿਆ ਹੁੰਦਾ ਠੀਕ ਹੈ ਜੀ ਹੁਣ ਇਹਨੂੰ ਆ ਬਲੈਂਕ ਪੀਸ ਦਿਖਾਨਾ e ਦੀ ਪਾਵਰ pdx ਹੁੰਦਾ ਠੀਕ ਹੈ ਜੀ ਤੇ ਆਪਾਂ ਦੇਖ ਲਿਆ ਸੀਗਾ p ਸਾਡੇ ਕੋਲ ਕਿੰਨਾ ਦਿੱਤਾ ਸੀਗਾ -1/x ਤਾਂ ਇਹਨੂੰ ਇੰਟੀਗ੍ਰੇਟ ਹੋਣਾ ਕਿਵੇਂ ਕਰੋਗੇ e ਪਾਵਰ -1/x dx ਠੀਕ ਹੈ ਬੱਚੇ ਹੁਣ ਬੱਚੇ 1/x ਦਾ ਜੋ ਇੰਟੀਗ੍ਰੇਸ਼ਨ ਹੋ ਜਾਏਗਾ ਕਿੰਨਾ ਹੋ ਜਾਏਗਾ ਮਾਈਨਸ ਤਾਂ ਬਾਹਰ ਆ ਗਿਆ 1/x ਦਾ ਕੀ ਹੋ ਜਾਊਗਾ log ਦਾ x ਹੋ ਜਾਊਗਾ ਕਲੀਅਰ ਹੋ ਗਿਆ ਅਸ ਤੱਕ ਹੁਣ ਆਪਾਂ ਜਾਣਦੇ ਆ ਮਾਈਨਸ ਸਾਨੂੰ ਇਹਦੀ log ਦੀ ਪਾਵਰ ਚ ਲਿਖ ਸਕਦਾ ਯਾਨੀ log x ਪਲੇਸ ਟੂ ਪਾਵਰ -1 ਹੁਣ e ਤੇ log

ਹੋਮੋਜੀਨਸ ਟਰਾਈਪ ਦੀ ਬੱਚੇ ਆਪਾਂ ਉਹ ਦੇਖਣੀ ਹੈ ਇਕੁਏਸ਼ਨ ਜਿਹਦੇ ਅੰਦਰ ਜਿਵੇਂ ਐਕਸ ਤੇ ਵਾਈ ਹੈ ਨਾ ਜਿਵੇਂ ਐਕਸ ਤੇ ਪਾਵਰ 1 ਮੰਨਾਂ ਪਾਈ ਤੇ ਵਾਈ ਤੇ ਮੰਨ ਮੰਨ ਟੋਟਲ ਪਾਵਰ ਕਿੰਨੀ ਹੋਗੀ 2 ਹੋਗੀ ਤਾਂ ਟੋਟਲ ਜੋ ਡਿਗਰੀ ਹੋਏ ਹੈ ਨਾ ਹਰ ਇੱਕ ਵੇਰੀਏਬਲ ਦੀ ਉਹ ਸੇਮ ਹੋਏ ਇੱਥੇ ਡਿਗਰੀ 3 ਐਥੀ ਹੈ ਪਰ ਆਹ ਦੋ ਉਹਨਾਂ ਨੂੰ ਮਿਲਾ ਕੇ ਡਿਗਰੀ 2 ਆ ਤਾਂ ਹੋਮੋਜੀਨਸ ਨਹੀਂ ਹੈ ਠੀਕ ਹੈ ਸਮਝ ਰਹੇ ਹੋ ਉਸ ਤੋਂ ਬਾਅਦ ਇੱਕ ਪਹਿਲਾਂ ਦੇਖੋ ਇਹਦੇ ਵਿੱਚ ਤੁਸੀਂ ਦੇਖੋਗੇ ਇੱਥੇ ਦਾ ਡਿਗਰੀ ਸਾਰੇ ਦੇ ਵਿੱਚ ਉਹ ਅਗਰ ਤੁਸੀਂ ਕਾਮਨ ਕਰਨ ਦੀ ਕੋਸ਼ਿਸ਼ ਕਰੋਗੇ ਇੱਥੇ ਡਿਗਰੀ ਕਾਮਨ ਨਹੀਂ ਆਏਗੀ a ਵੀ ਨਹੀਂ ਹੈ h ਤੇ ਡਿਗਰੀ 3 ਇੱਥੇ 2 ਆ ਵੀ ਨਹੀਂ ਹੈ ਹੈਨਾ ਅਲੱਗ ਹੋ ਗਿਆ ਇੱਥੇ y² xy xy y² ਤਾਂ ਆ ਸਾਡਾ ਕੀ ਹੈ ਹੋਮੋਜੀਨਸ ਹੈ ਆ ਕਿਉਂ ਨਹੀਂ ਹੈ ਕਿਉਂਕਿ ਇੱਥੇ 5 ਦੇ ਨਾਲ ਕੋਈ ਵੀ ਵੇਰੀਏਬਲ ਵਗੈਰਾ ਨਹੀਂ ਲੱਗਿਆ ਹੋਇਆ ਹੈ ਹੈਨਾ ਤਾਂ ਜਦੋਂ xy ਨੂੰ ਪੁੱਟ ਕਰ ਦਾਂਗੇ ਕੋਈ ਸ਼ਾਮਨ ਨਹੀਂ ਆਏਗਾ ਤਾਂ d ਇਹਦਾ ਕੀ ਹੈ ਬਿਲਕੁਲ ਕਰੈਕਟ ਆਪਸ਼ਨ ਹੈ ਅਗੇਨ ਇੰਟੀਗ੍ਰੇਟਿੰਗ ਫੈਕਟਰ ਕਰਨਾ ਹੈ ਬੱਚੇ ਠੀਕ ਹੈ ਜੀ ਤਾਂ ਇੰਟੀਗ੍ਰੇਟਿੰਗ ਫੈਕਟਰ ਕੀ ਹੁੰਦਾ ਆ ਆਪਾਂ ਹੁਣੇ ਆ ਲਿਖਿਆ ਸੀਗਾ ਬਟ ਇਸ ਦੇ ਵਿੱਚ ਬਸ ਕੀ ਹੈ ਮਾਈਨਸ ਨਹੀਂ ਹੈਗਾ ਤਾਂ ਜੇ ਤੋਂ ਮਾਈਨਸ ਨਹੀਂ ਹੈਗਾ ਦੇਖੋ ਇੱਥੋਂ ਮਾਈਨਸ ਮੈਂ ਜੇ ਚੱਕ ਦਵਾਂ ਤੇ ਮਾਈਨਸ ਇੱਥੇ ਨਹੀਂ ਆਊਗਾ ਜੇ ਮਾਈਨਸ ਨਹੀਂ ਆਊਗਾ ਤਾਂ ਸਿੱਧਾ ਹੀ ਇ ਤੇ ਲੋ ਕੱਟੇ ਜਾਣਗੇ ਤਾਂ ਆਨਸਰ x ਬਚ ਜਾਊਗਾ ਤਾਂ ਕਿਹੜਾ ਆਪਸ਼ਨ x ਵਾਲਾ ਦੇਖੋ ਆ d ਆਪਸ਼ਨ ਐਦਾਂ ਹੀ ਚੀਜ਼ਾਂ ਨੂੰ ਐਨਲਾਈਜ਼ ਕਰਨਾ ਗਲਤੀਆਂ ਨਹੀਂ ਕਰਨੀਆਂ ਠੀਕ ਆ ਬੱਚਾ ਅਗਲਾ ਦੇਖੋ dy/dx ਦਿੱਤਾ ਹੋਇਆ ਹੁਣ ਆਪਾਂ ਨੂੰ 2/x ਆ ਗਿਆ ਇੰਟੀਗ੍ਰੇਟਿੰਗ ਫੈਕਟਰ ਹੀ ਕੱਢਣਾ ਬਸ ਹੁਣ p ਦੀ ਵੈਲਿਊ ਕਿੰਨੀ ਆ ਗਈ 2/x ਆ ਗਈ p ਦੀ ਵੈਲਿਊ ਠੀਕ ਹੈ ਜੀ ਇੱਥੇ p ਦੀ ਵੈਲਿਊ ਜੇ ਸਾਡੇ ਕੋਲ ਕਿੰਨੀ ਆ ਗਈ 2/x ਆ ਗਈ ਬੱਚੇ ਇਹ ਕੁਐਸਚਨ ਨੂੰ ਤੁਸੀਂ ਕਮੈਂਟ ਦੇ ਵਿੱਚ ਆਨਸਰ ਮੈਂਸ਼ਨ ਕਰਨਾ ਕਿ ਇਹਦਾ ਆਨਸਰ ਕੀ ਆਏਗਾ ਠੀਕ ਹੈ ਸਾਰੇ ਜਣੇ ਕਮੈਂਟ ਕਰਕੇ ਜਾਣਾ ਜਿਵੇਂ ਆਪਾਂ ਪਿਛਲੇ ਸੋਲਵ ਕਰਦੇ ਹਾਂ ਨਾ ਸੇਮ ਟੂ ਸੇਮ ਉਹੀ ਚੀਜ਼ ਹੈ ਬਟ ਆਨਸਰ ਜ਼ਰੂਰ ਕਰਨਾ ਨਹੀਂ ਹੋਏਗਾ ਤਾਂ ਪੁੱਛ ਲੈਣਾ ਕਿ ਸਰ ਨਹੀਂ ਹੋਇਆ ਆਪਸ਼ਨ ਦੱਸ ਦਿਓ ਕਿ ਪਤਾ ਹੀ ਪੇਪਰ ਜਾ ਦੇ ਬਟ ਆਨ ਕਮੈਂਟ ਦੇ ਵਿੱਚ ਆਨਸਰ ਜ਼ਰੂਰ ਕਰਨਾ ਜੋ ਵੀ ਹੋਏਗਾ ਇੰਟੀਗ੍ਰੇਟਿੰਗ ਫੈਕਟਰ ਆਫ ਦਿਸ ਹੁਣ ਬੱਚੇ ਇਹਦਾ ਇੰਟੀਗ੍ਰੇਟਿੰਗ ਫੈਕਟਰ ਕਰਨਾ ਤਾਂ y ਦੇ ਨਾਲ ਕੀ ਲੱਗਿਆ ਹੋਇਆ ਅ ਸੈਕੈਂਟ x ਲੱਗਿਆ ਹੋਇਆ ਹੈ ਨਾ ਤਾਂ ਯਾਨੀ ਕੋ ਪੀ ਦੀ ਵੈਲਿਊ ਕਿੰਨੀ ਆ ਜੇਗੀ ਸੈਕੈਂਟ x ਆ ਜੂਗੀ ਨੈਕਸਟ ਸ਼ੀਟ ਤੁਹਾਨੂੰ ਦਿਖਾ ਰਿਹਾ ਬੱਚੇ ਤੇ ਪੀ ਦੀ ਵੈਲਿਊ ਕਿੰਨੀ ਆ ਗਈ ਸੈਕੈਂਟ x ਆ ਗਈ ਹੁਣ ਆਪਾਂ ਜਾਣਦੇ ਇੰਟੀਗ੍ਰੇਟਿੰਗ ਫੈਕਟਰ ਇੰਟੀਗ੍ਰੇਟਿੰਗ ਫੈਕਟਰ ਕੀ ਹੁੰਦਾ e ਦੀ ਪਾਵਰ p dx ਤਾਂ e ਇੰਟੀਗ੍ਰੇਸ਼ਨ ਆਫ ਸੈਕੈਂਟ x ਹੁਣ ਅਧਿਆਪਕ ਦਾ ਸੈਕੈਂਟ x ਦਾ ਨਾ ਇੰਟੀਗ੍ਰੇਸ਼ਨ ਨਹੀਂ ਪਤਾ ਹੋਣਾ ਕੀ ਹੁੰਦਾ ਸੈਕੈਂਟ x ਦਾ ਇੰਟੀਗ੍ਰੇਸ਼ਨ ਕੀ ਹੁੰਦਾ log secant x tan x ਠੀਕ ਹੈ ਜੀ ਆ ਇਹਦਾ ਇੰਟੀਗ੍ਰੇਸ਼ਨ ਹੁੰਦਾ ਤਾਂ log ਤੇ ਹੀ ਤਾਂ ਕੱਟੇ ਗਏ ਖਾਲੀ ਆਨਸਰ ਕੀ ਬਚਿਆ secant x tan x ਦੇਖੋ ਕੋਈ ਆਪਸ਼ਨ ਦੇ ਵਿੱਚ ਸੀ ਕਿਹਦਾ ਤਾਂ secant x tan x ਵਾਲਾ ਆਹ ਦੇਖੋ ਪਹਿਲੇ ਹੀ ਆਪਸ਼ਨ ਪਿਆ ਤਾਂ ਆਹੀ ਇਹਦਾ ਕੀ ਹੋ ਜਾਏਗਾ கரੈਕਟ ਆਨਸਰ ਹੋਏਗਾ ਠੀਕ ਹੈ ਬੱਚਾ ਨੈਕਸਟ ਕੁਸ਼ਚਨ ਹੈ ਹੁਣ ਇਹਦੇ ਨਾਲ ਇੰਟੀਗ੍ਰੇਟਿੰਗ ਫੈਕਟਰ ਦੇਖੋ ਇੱਕ ਨੰਬਰ 'ਚ ਇੰਟੀਗ੍ਰੇਟਿੰਗ ਫੈਕਟਰ ਦੇ ਕਿੰਨੇ ਕੁਸ਼ਚਨ ਪੁੱਛੇ ਹੋਏ ਨੇ ਹੁਣ ਇਹਦੇ ਨਾਲ ਕਿੰਨਾ ਵਨ ਆਇਆ ਯਾਨੀ ਪੀ ਦੀ ਵੈਲਿਊ ਕਿੰਨੀ ਆ ਗਈ ਵਨ ਆ ਗਈ ਯਾਨੀ ਈ ਦੀ ਵੈਲਿਊ 1 dx ਤੇ 1 ਦਾ ਇੰਟੀਗ੍ਰੇਸ਼ਨ x ਹੋਗਾ ਤਾਂ e ਦੀ ਪਾਵਰ x ਦਾ ਕੀ ਹੋ ਜਾਊਗਾ கரੈਕਟ ਆਪਸ਼ਨ ਹੋ ਜਾਊਗਾ ਆਰਡਰ ਆਫ ਡਿਫਰੈਂਸ਼ੀਅਲ ਆਰਡਰ ਮੈਂ ਆਲਰੇਡੀ ਡਿਸਕਸ ਕਰਕੇ ਆਇਆ ਆਰਡਰ ਕੀ ਹੁੰਦਾ ਹਾਈest ਆਰਡਰ ਡੈਰੀਵੇਟਿਵ ਹੁੰਦਾ ਤਾਂ ਇੱਥੇ ਤਿੰਨ ਵਾਰ ਡੈਰੀਵੇਟਿਵ ਹੈ ਦੋ ਵਾਰ ਡੈਰੀਵੇਟਿਵ ਹੈ ਤਾਂ ਹਾਈest ਆਰਡਰ ਡੈਰੀਵੇਟਿਵ ਤਿੰਨ ਹੈ ਤਾਂ ਆ ਸਾਡਾ ਕੀ ਹੋ ਜਾਊਗਾ ਤਿੰਨ ਜਿੱਥੇ ਡਿਗਰੀ ਪੁੱਛਦਾ ਹੈ ਨਾ ਡਿਗਰੀ ਪੁੱਛਦਾ ਤਾਂ ਡਿਗਰੀ ਹੁੰਦੀ ਹੈ ਹਾਈest ਆਰਡਰ ਦੀ ਪਾਵਰ ਜੋ ਕਿ ਵਨ ਹੀ ਸੀ ਕਿ ਡਿਗਰੀ ਵ that number of arbitrary constant arbitrary constant in a general solution of differential equation bache arbitrary constant jehdi second order di hundi hai ocha arbitrary constant bhi kinne hunde ne do hunde ne jisme kisi vich abc nahi lagge hunda nu arbitrary constant kehnde hai te je puchya hove particular arbitrary jehda ki likhya hove particular equation likhya hove utte particular equation hamesha arbitrary constant ki hunde hai zero hunde hai theek hai ji ਅੱਥੀ ਨੇ ਇੱਥੇ ਲਿਖਿਆ ਹੋਊਗਾ ਜਨਰਲ ਜੀਗਾ ਕਿ ਕੀ ਲਿਖਿਆ ਹੋਵੇ ਪਾਰਟਿਕੂਲਰ ਸੋਲੂਸ਼ਨ ਲਿਖਿਆ ਹੋਵੇ ਤਾਂ ਉੱਚਾ ਆਰਬਿਟਰੀ ਕਨਸਟੈਂਟ ਕੀ ਹੋਣਗੇ ਜ਼ੀਰੋ ਠੀਕ ਹੈ ਤੇ ਜੇ ਜਨਰਲ ਹੈ ਤਾਂ ਜਿੰਨੇ ਆਰਡਰ ਦੀ ਆ ਉਹਨੇ ਉਹਦੇ ਵਿੱਚ ਕੀ ਹੋਣਗੇ ਆ ਆਰਬਿਟਰੀ ਕਨਸਟੈਂਟ ਹੋਣਗੇ ਡਿਗਰੀ ਹੁਣ ਇੱਥੇ ਆ ਗਿਆ ਨਾ ਡਿਗਰੀ ਵਾਲਾ ਕੁਐਸਚਨ ਡਿਗਰੀ ਕੀ ਹੁੰਦੀ ਹੈ ਹਾਈest ਆਰਡਰ ਡੈਰੀਵੇਟਿਵ ਦੀ ਪਾਵਰ ਹਾਈest ਆਰਡਰ ਡੈਰੀਵੇਟਿਵ ਕਿੰਨਾ ਹੈ ਤਿੰਨ ਹੈ ਤੇ ਹਾਂ ਤਿੰਨ ਹੀ ਆ ਰਹੇ ਤਿੰਨ ਤਾਂ ਬੱਚੇ ਫਿਰ ਇਹਦੀ ਪਾਵਰ ਕਿੰਨੀ ਹੈ ਕੋਈ ਪਾਵਰ ਨਹੀਂ ਤਾਂ 1 ਪਾਵਰ ਮੰਨੀ ਜਾਏਗੀ ਠੀਕ ਹੈ ਬੱਚੇ ਨੈਕਸਟ ਫੀਲਿੰਗ ਦਾ ਬਲੈਂਕਸ ਆ ਜਾਂਦੇ ਹਨ ਸਾਡੇ ਕੋਲ ਆਰਡਰ ਦੱਸਣਾ ਬੱਚੇ ਆਰਡਰ ਹਾਈएस्ट ਆਰਡਰ ਡੈਰੀਵੇਟਿਵ ਐ 2 ਹੈ ਡਿਗਰੀ ਦੱਸਣੀ ਹੈ ਹਾਈएस्ट ਆਰਡਰ ਦੀ ਪਾਵਰ ਆਹਾ ਹੈ ਤਾਂ ਹਾਈएस्ट ਆਰਡਰ ਡੈਰੀਵੇਟਿਵ ਪਾਵਰ 1 ਹੋਗੀ ਇੰਟੀਗ੍ਰੇਟਿੰਗ ਫੈਕਟਰ ਇੰਟੀਗ੍ਰੇਟਿੰਗ ਫੈਕਟਰ ਦੱਸਣਾ ਹੈ ਨਾ ਬੱਚੇ ਤਾਂ ਇਹਦੇ ਨਾਲ y ਦੇ ਨਾਲ ਕੀ ਲੱਗਿਆ ਹੋਇਆ x ਲੱਗਿਆ ਹੋਇਆ ਯਾਨੀ e ਦੀ ਪਾਵਰ x dx ਆ ਜਾਊਗਾ ਤਾਂ ਇੰਟੀਗ੍ਰੇਟਿੰਗ ਕਰੋਗੇ x ਦਾ ਕੀ ਹੋ ਜਾਊਗਾ x2 2 ਯਾਨੀ ਇੱਥੇ ਆਨਸਰ ਕੀ ਹੋਊਗਾ e ਦੀ ਪਾਵਰ x2 2 ਇਹਦਾ ਆਨਸਰ ਹੋ ਜਾਊਗਾ ਈਜ਼ੀ ਹੈ ਨਾ ਉਸ ਤੋਂ ਬਾਅਦ ਆਰਡਰ ਐਂਡ ਡਿਗਰੀ ਇਫ ਡਿਫਾਈਨ ऑर्डर डिग्री डिफरेंशियल इक्वेशन आर ऑलवेज डैश इंटीजर। ऑर्डर डिग्री ऑफ ऑलवेज हमेशा बच्चे नंबर आंदे ने पॉजिटिव नंबर ठीक है कभी देखिया ऑर्डर या डिग्री नेवर तो त हमेशा की होंगे पॉजिटिव इंटीजर। इंटीग्रेटिंग फैक्टर दसना की होगा ई इंटीग्रेस ऑफ पी डी एक्स आएगा एक्स प्लस वाई डी वाई एनू लिख सकते हैं एक्स प्लस वाई dy is equal to x minus 2y dx ਤਾਂ dy by dx ਦੀ ਵੈਲਿਊ ਕਿੰਨੀ ਆ ਜਾਏਗੀ x minus 2y upon x plus y ਹੈਨਾ ਬੱਚਾ ਤਾਂ ਕਿਹੜੀ ਫਾਰਮ ਦੀ ਡਿਫਰੈਂਸ਼ੀਅਲ ਇਕੁਏਸ਼ਨ ਹੈ ਇਹ ਸਾਡੇ ਕੋਲ ਹੋਮੋਜੀਨੀਅਸ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਡੈਸ਼ ਸਬਸਟੀਟਿਊਸ਼ਨ ਇਜ਼ ਅਪਲਾਈਡ ਟੂ ਸੋਲਵ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਕਿਹੜੀ ਸਬਸਟੀਟਿਊਸ਼ਨ ਬੱਚੇ ਕਰਦੇ ਹੋ ਤੁਹਾਨੂੰ ਯਾਦ ਹੋਏਗੀ ਤੁਸੀਂ ਕੁਐਸਚਨ ਕਰਦੇ ਹੋਵੋਗੇ y v x ਪੁੱਟ ਕਰਦੇ ਹੋ और अगर डी डीएक्स एक, अपॉन डी वाई है एक्स तो एक्स इज इक्वल टू वी वाई पुट कर दुट कर दर आर डैश नंबर ऑफ आर्बिटरी कॉन्सटेंट इन द जनरल सोल्यूशन ऑफ ऑर्डर थ्री मैं हूँ पिछले एमसीक्यू समझा के आया इस आर्बिटरी कॉन्सटेंट अगर ऑर्डर थ्री है तो आर्बिटरी कॉन्सटेंट भी किन्ने निकल तीन निकल के द वाईज इकल टू डैशन इज यूज इन डी वाई बाई डी एक्स इक्व टू एफ वाई अपॉन एक्स टाइप ऑफ होमोजीनियस डिफरें ਸਾ ਵਾਈ ਨੂੰ ਕੀ ਪੁੱਟ ਕਰਾਂਗੇ ਵੀ ਐਕਸਪੁੱਟ ਕਰਾਂਗੇ ਆਫਟਰ ਅ ਕਰੈਕਟ ਸਬਸਟੀਟਿਊਸ਼ਨ ਆ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਬਿਕਮ ਡੈਸ਼ ਟਾਈਪ ਆਫ ਡਿਫਰੈਂਸ਼ੀਅਲ ਇਕੁਏਸ਼ਨ ਬੱਚੇ ਜਦੋਂ ਹੋਮੋਜੀਨੀਅਸ ਇਕੁਏਸ਼ਨ ਨੂੰ ਆਪਾਂ ਪੁੱਟ ਕਰਦੇ ਆ ਉਹ ਕਿਹੜੀ ਬਣ ਜਾਂਦੀ ਹੈ ਵੇਰੀਏਬਲ ਸੈਪਰੇਬਲ ਟਾਈਪ ਕਿਹੜੀ ਬਣ ਜਾਂਦੀ ਹੈ ਵੇਰੀਏਬਲ ਸੈਪਰੇਬਲ ਟਾਈਪ ਬਣ ਜਾਂਦੀ ਹੈ ਠੀਕ ਹੈ ਬੱਚੇ ਇੱਥੇ ਆ ਚੈਪਟਰ ਦੇ ਸਾਡੇ ਕੋਲ ਕੁਸ਼ਨ ਕੰਪਲੀਟ ਹੁੰਦੇ ਨੇ ਚਲੋ ਬੱਚੇ ਅੱਗੇ ਦੇਖਦੇ ਆ ਅਗਲੇ ਚੈਪਟਰ ਦੇ ਕੁਐਸਚਨ ਹੈ ਨਾ ਵੈਕਟਰ ਦੇ ਵਿੱਚ ਆਜੋ ਬੱਚੇ ਵੈਕਟਰ ਦੇ ਵਿੱਚ ਵੀ 1 ਮਾਰਕਸ ਦੇ ਕੁਐਸਚਨ ਆਉਣੀਆਂ ਸਾਨੂੰ ਦਾ ਸਕੀਲਰ ਪ੍ਰੋਡਕਟ ਬੱਚੇ ਸਕੀਲਰ ਪ੍ਰੋਡਕਟ ਨੂੰ ਆਪਾਂ ਹੋਰ ਕੀ ਕਹਿੰਦੇ ਆ ਸਕੀਲਰ ਪ੍ਰੋਡਕਟ ਇਜ਼ ਆਲਸੋ ਕਾਲਡ ਡਾਟ ਪ੍ਰੋਡਕਟ ਕਿਹੜਾ ਪ੍ਰੋਡਕਟ ਕਹਿੰਦੇ ਆ ਡਾਟ ਪ੍ਰੋਡਕਟ ਹੈ ਜਸਟ ਪੈਨ ਚੇਂਜ ਕਰ ਲੀ ਹੈ ਨਾ ਕਾਫੀ ਥੇੜ ਦੇ ਰੈੱਡ ਪੈਨ ਨਾਲ ਕਰ ਰਿਹਾ ਆ ਬਲੈਕ ਵੀ ਛੱਡੋ ਕੋਈ ਵਧੀਆ ਕਲਰ ਕਰਦੇ ਹਾਂ ਹੁਣ ਜਾਮ ਨਹੀਂ ਜਾ ਲੈਣੇ ਆ ਠੀਕ ਆ ਡਾਟ ਪ੍ਰੋਡਕਟ ਆਫ ਟੂ ਪਰਪੈਂਡੀਕੂਲਰ ਵੈਕਟਰ ਇਜ਼ ਜ਼ੀਰੋ ਕਹਿੰਦਾ ਦੋ ਵੈਕਟਰ ਅਗਰ ਆਪਸ ਦੇ ਵਿੱਚ ਪਰਪੈਂਡੀਕੂਲਰ ਨੇ ਤਾਂ ਉਹਦਾ ਡਾਟ ਪ੍ਰੋਡਕਟ ਜ਼ੀਰੋ ਹੋਊਗਾ ਹਾਂਜੀ ਬਿਲਕੁਲ ਟਰੂ ਹੈ ਆਨਸਰ ਵੈਕਟਰ ਪ੍ਰੋਡਕਟ ਆਫ ਟੂ ਕੋਲੀਨੀਅਰ ਵੈਕਟਰ ਇਜ਼ ਜ਼ੀਰੋ ਹਾਂ ਬੱਚੇ ਅਗਰ ਦੋ ਵੈਕਟਰ ਆਪਸ ਦੇ ਵਿੱਚ ਕਿਨੇ ਕੋਲੀਨੀਅਰ ਨੇ ਤਾਂ ਉਹਦਾ ਵੈਕਟਰ ਪ੍ਰੋਡਕਟ ਵੈਕਟਰ ਪ੍ਰੋਡਕਟ ਦਾ ਮਤਲਬ ਕੀ ਹੁੰਦਾ ਕਰਾਸ ਪ੍ਰੋਡਕਟ ਕਿਹੜਾ ਪ੍ਰੋਡਕਟ ਕਰਾਸ ਪ੍ਰੋਡਕਟ ਕੀ ਹੋਊਗਾ ਜ਼ੀਰੋ ਹੋਊਗਾ এবੀ ਆਨਸਰ ਟਰੂ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਕੁਸ਼ਚਨ ਆ ਜਾਂਦਾ ਸਾਡੇ ਕੋਲ ਹਾਂ ਬੱਚੇ ਥਰਡ ਹੈ a dot b is less than equal to ab is triangle inequality ਬੱਚੇ ਕੀ ਆਏਗਾ ਇਹ ਫਾਲਸ ਦੂਜਾ a plus b less than equal to a plus b is cauchy ਫਾਲਸ ਕਿਉਂਕਿ ਟ੍ਰਾਇੰਗਲ ਵਾਲੀ ਆ ਥੱਲੇ ਵਾਲੀ ਹੈ ਕੌਸ਼ੀ ਵਾਲੀ ਆ ਉੱਪਰ ਵਾਲੀ ਹੈ ਹੈਨਾ ਇਹ ਵੀ ਯਾਦ ਰੱਖਣਾ ਕੌਸ਼ੀ ਵਾਲੀ ਕਿਹੜੀ ਹੁੰਦੀ ਹੈ ਤੇ ਬੱਚੇ ਇਹਦੇ ਪ੍ਰੂਫ ਵੀ ਇੱਕ ਵਾਰ ਤੁਸੀਂ ਕਰ ਲੈਣਾ ਹੈ ਨਾ ਪੇਪਰ ਦੇ ਵਿੱਚ ਆਇਆ ਕਿ ਬਹੁਤ ਚਾਂਸ ਹੈ ਕਿ ਪ੍ਰੂਫ ਕਰਨ ਨੂੰ ਕਿਹਾ ਜਾਵੇ ਇਹ ਅਗਲਾ i cross i j cross j k cross k ਕੀ ਬੱਚੇ ਜ਼ੀਰੋ ਹੁੰਦੇ ਨੇ ਹਾਂਜੀ ਬੱਚੇ ਟਰੂ ਆਨਸਰ ਇਹਨਾਂ ਦਾ ਕ੍ਰੋਸ ਹਮੇਸ਼ਾ ਕੀ ਹੁੰਦਾ ਜ਼ੀਰੋ ਹੁੰਦਾ ਨੈਕਸਟ ਆਜੋ i.i j.j ਕੀ ਇਹ ਜ਼ੀਰੋ ਹੁੰਦੇ ਨੇ ਬੱਚੇ ਇਹ ਫਾਲਸ ਹੈ ਜ਼ੀਰੋ ਨਹੀਂ ਹੁੰਦਾ i ਦਾ ਸਕੁਅਰ ਦੇ ਯਾਨੀ 1 ਹੋ ਜਾਣਗੇ ਇਹ ਓਕੇ ਅਗਲਾ a ਕ੍ਰੋਸ b ਇਸ ਪੈਰਪਰਿੰਗ ਟੂ ਬੋਥ a ਐਂਡ b ਬੱਚੇ ਫਾਲਸ ਕਿਉਂ ਕਿ ਕ੍ਰੋਸ ਪ੍ਰੋਡਕਟ ਨਾਲ ਸਾਨੂੰ ਇੱਕ ਵੈਕਟਰ ਮਿਲਦਾ ਜਿਹੜਾ ਦੋਨਾਂ ਦੇ ਕੀ ਹੁੰਦਾ ਪਰਪੈਂਡੀਗੂਲਰ ਹੁੰਦਾ a vector 3i plus 2j minus k is parallel to vector i cap 6j minus 3k kenda aa jada vector hai ki aa parallel hai bache parallel hai apan just inadi direction ratios da ratio check karna ta 3/1 uske baad kinna aayega 2/6 ethe kinna aya 3/1 ethe kinna aya 1/3 ta direction ratio same nahi hai ta but kya parallel nahi ne ਫਾਲਸ ਉਹਦੀ ਗਰ ਕੁਝ ਨਹੀਂ ਕਰਨਾ ਏਰੀਆ ਆਫ ਪੈਰਲੋਗ੍ਰਾਮ ਕੈਨ ਬੀ ਕੈਲਕੂਲੇਟਡ ਬਾਈ ਯੂজিং ਵੈਕਟਰ ਪ੍ਰੋਡਕਟ ਟਰੂ ਹੈ ਬੱਚੇ ਹੈਨਾ ਕਿਉਂਕਿ ਜਿਹੜਾ ਉਹ ਕਰਾਸ ਪ੍ਰੋਡਕਟ ਕਰਦੇ ਹੋ a ਕਰਾਸ b ਉਹਦੇ ਨਾਲ ਸਾਨੂੰ ਉਹਦਾ ਮੈਗਨੀਟਿਊਡ ਕਰਦੇ ਹੁੰਦੇ ਨਾਲ ਸਾਨੂੰ ਏਰੀਆ ਮਿਲ ਜਾਂਦਾ ਏਰੀਆ ਆਫ ਟ੍ਰਾਇੰਗਲ ਕੈਨ ਨਾਟ ਬੀ ਕੈਲਕੂਲੇਟਰ ਏਰੀਆ ਆਫ ਬਾਈ ਯੂজিং ਵੈਕਟਰ ਪ੍ਰੋਡਕਟ ਆਫ ਟੂ ਫਾਲਸ ਆਪਾਂ ਏਰੀਆ ਆਫ ਟ੍ਰਾਇੰਗਲ ਵੀ ਕੈਲਕੂਲੇਟ ਕਰ ਸਕਦੇ ਆ ਹੈਨਾ ਦੋ ਵੈਕਟਰ ਦੇ ਨਾਲ ਇਹ ਬਸ ਆ ਹੁੰਦਾ ਹਾਫ ਆਫ a ਕਰਾਸ b ਠੀਕ ਹੈ ਜੀ ਨਹੀਂ ਫਾਲਸ ਆ ਉੱਪਰਲਾ ट्रू ਹੋ ਜਾਏਗਾ ਹੁਣ ਇਹਦੇ MCQ ਦੇਖੋ a.b a x b ਦਾ ਮੈਗਨੀਟਿਊਡ ਐਂਗਲ ਦੱਸਣਾ ਬਚੇ a ਤੇ b ਦੇ ਵਿੱਚ ਪਰ ਇਹ ਡਾਟ ਪ੍ਰੋਡਕਟ ਕੀ ਹੁੰਦਾ a ਮੈਗਨੀਟਿਊਡ b ਮੈਗਨੀਟਿਊਡ cos ਆਫ θਾ ਕ੍ਰੋਸ ਕੀ ਹੁੰਦਾ ਸਾਈਨ ਕ੍ਰੋਸ ਪ੍ਰੋਡਕਟ ਕੀ ਹੁੰਦਾ a ਮੈਗਨੀਟਿਊਡ b ਮੈਗਨੀਟਿਊਡ sin ਆਫ θਾ ਹੁਣ ਆ ਦੇਖੋ ਇਹ ਕੱਟੇ ਜਾਣਗੇ ਤਾਂ 1 sin θ cos θ ਹੋ ਜਾਊ ਜੋ ਕਿ tan θ ਦੇ ਇਕੁਅਲ ਹੁੰਦਾ ਠੀਕ ਹੈ tan θ 1 ਹੋ ਜਾਊ tan ਦੀ ਵੈਲਿਊ 1 ਕਿਹੜੇ ਐਂਗਲ ਦੋਂਦੀ ਹੈ π/4 ਤੇ ਹੁੰਦੀ ਹੈ किन्ने एम सी क्यू ठीक है दस ने तो हम जो मैं फाइल रिकॉर्ड कर रहा ठीक है काफ़ी टाइम हो गया चलो फिर भी थोड़े लिए कर दें दे मैगनीट्यूड ऑफ वैक्टर दिस 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 बचिस वैक्टर का मैगनीट्यूड कहना मैगनीट्यूडी जस्ट आप डायरैक्शन रेशियो का स्केयर कर दाँगे यानी वन बाय रूट थ्री का स्केयर प्लस वन बाय रूट थ्री का स्केयर प्लस वन बाय रूट थ्री का स्केयर जो स्केयर करोंगे बच्चे आएगा वन बाय थ्री इतने दे रहे हैं नैक्सट पेज से देख लो चलो ब्लैंक पेज से आ जाओ रूट के आ जाएगा वन बाय थ्री प्लस वन बाय थ्री प्लस वन बाय थ्री विच इज इक्वल टू थ्री बाय थ्री तो मैगनीट्यूड कितना आ जाएगा वन आ जाएगा यानी यूनिट फैक्टर आ जाएगा ठीक है जी आता हुआ ए इत दिना बच्चे सनता है थ्री टाइम ए डॉट बी इज इक्वल टू ए क्रॉस बी का मैगनीट्यूड तो की लिखोंगे थ्री a ਦਾ ਮੈਗਨੀਟਿਊਡ b ਦਾ ਮੈਗਨੀਟਿਊਡ cos θ ਦੇ ਇਕੁਅਲ ਹੋਏਗਾ ਇਹ ਤੇ ਕ੍ਰੋਸ ਕਿਹਦੇ ਬਰਾਬਰ ਹੁੰਦਾ a ਮੈਗਨੀਟਿਊਡ b ਮੈਗਨੀਟਿਊਡ sin α θ ਇੱਥੋਂ ਸਾਰੇ ਵੱਡੀਆਂ ਜਾਣਗੀਆਂ ਯਾਨੀ √3 ਟੂ ਕੀ ਆ ਦੇਗਾ sin θ cos θ which is equal to tan θ ਹੁਣ ਬੱਚੋ tan ਦੀ ਵੈਲਿਊ √3 ਕਿਹੜੇ ਐਂਗਲ ਤੇ ਹੁੰਦੀ ਹੈ 60° ਤੇ ਔਰ π 3 ਤੇ ਤਾਂ ਹੀ ਸਾਡਾ ਆਨਸਰ ਹੈ π 3 ਆਪਸ਼ਨ d ਬਣ ਜਾਏਗਾ ਨੈਕਸਟ ਠੀਕ ਹੈ ਬੱਚਾ ਨੈਕਸਟ ਲਿਖੋ a.b 0 then angle between a and b dot product 0 kada hunda hai jadon dono vector aapas ch hi hunde ne perpendicular yani 90 degree angle hovega a.b hun ae apan upar pad ke aaye as you true false dasso bachche ki edi inequality di form hai aa thalle wali da chaddi do e ta syllabus ch hi kat giya si giya ta ki edi form hai e cauchy hai theek hai comment de vich triangle wali mainu dass ke jao ki edi hundi hai agla magnitude of vector a vector is equal to 3i +j k ਬਚੇ ਦਾ ਮੈਗਨੀਟਿਊਡ ਕੱਢਣਾ ਹੈ ਤਾਂ ਮੈਗਨੀਟਿਊਡ ਫਾਈਂਡ ਕਰਨ ਦਾ ਫਾਰਮੂਲਾ ਕੀ ਹੋ ਜੂਗਾ 3² 1² 1 ਦਾ ਸਕੁਅਰ ਹੈ ਨਾ ਉਹਨਾਂ ਦੇ ਡਾਇਰੈਕਸ਼ਨ ਰੇਸ਼ਿਓ ਦਾ ਕਿੰਨਾ ਆ ਜਾਏਗਾ 9 1 1 9 1 10 ਤੇ 1 11 √11 கரੈਕਟ ਆਪਸ਼ਨ ਹੋ ਗਿਆ ਪ੍ਰੋਜੈਕਸ਼ਨ ਆਫ a ਓਨ b ਹੁਣ a ਦੀ ਪ੍ਰੋਜੈਕਸ਼ਨ ਕਿਹਦੇ ਉੱਤੇ ਕੱਢਣੀ ਹੈ b ਤੇ ਕੱਢਣੀ ਹੈ ਤਾਂ ਪ੍ਰੋਜੈਕਸ਼ਨ a b ਕਰਾਂਗੇ ਥੱਲੇ ਡਿਵਾਈਡ ਕਰ ਦਾਂਗੇ b ਦੇ मैगनी डॉट प्रोडक्ट करों थ्री वनजा थ्री आ जाएगा ठीक है वन इंटू माइनस टू माइनस टू आ जाएगा इस तो बार के वनजा माइनस वन आ जाएगा ठीक है बच्चे अपन बी का मैगनी ट्यूट हूँ मैं क्ढा ना क्डा कोई फर्क ही नहीं पै रहा आंसर उपर कि हो गया जीरो तो आंसर कि आ जाएगा डेट सेट जीरो जीरो काम खत्म हो गया ठीक है जी हाँ जी ਠੀਕ ਹੈ ਬੱਚੇ ਨੈਕਸਟ ਕੁਐਸਚਨ ਦੇਖੋ ਇਫ ਏ ਇਜ਼ ਅ ਨਾਨ ਜ਼ੀਰੋ ਵੈਕਟਰ ਦੈਨ ਏ ਕਰਾਸ ਏ ਇਸ ਇਕੁਅਲ ਟੂ ਕਹਿੰਦਾ ਏ ਇੱਕ ਨਾਨ ਜ਼ੀਰੋ ਵੈਕਟਰ ਹੈ ਮਤਲਬ ਏ ਦੀ ਵੈਲਿਊ ਜ਼ੀਰੋ ਨਹੀਂ ਹੈ ਤਾਂ ਏ ਕਰਾਸ ਏ ਕਿਦੇ ਬਰਾਬਰ ਹੋਏਗਾ ਬੱਚੇ ਅਸੀਂ ਜਾਣਦੇ ਹਾਂ ਏ ਕਰਾਸ ਏ ਦਾ ਮਤਲਬ ਹੋ ਗਿਆ ਇੱਥੇ ਏ ਦਾ ਮੈਗਨੀਟਿਊਡ ਇੰਟੂ ਏ ਦਾ ਮੈਗਨੀਟਿਊਡ ਸਾਈਨ ਆਫ θ ਹੁਣ ਦੇਖੋ ਏ ਇੰਟੂ ਏ ਤਾਂ ਸਕੁਅਰ ਹੋ ਗਿਆ ਹੁਣ ਦੋ ਵੈਕਟਰ ਦੇ ਵਿੱਚ ਆ ਸੇਮ ਵੈਕਟਰ ਦੇ ਵਿੱਚ ਕਿੰਨਾ ਐਂਗਲ ਹੁੰਦਾ जीरो का तो साइन जीरो कि जीरो जिद करके सारा आंसर की होजूगा जीरो हो जाएगा नैक्सट है ए दिता बी दिता है दैन ए डॉट बी तो डॉट लिए आप की करते हैं डायक्शन रेशियो का प्रोडक्ट टू वन जा टू आ जाएगा टू इंटू माइनस टू माइनस द फोर आ जाएगा माइनस थ्री इंटू माइनस वन प्लस द थ्री आ जाएगा सोल्व करोंगे थ्री प्लस टू फाइव फाइव माइनस फोर फाइव माइनस फोर बच्चे कि आ जाएगा वन आ जाएगा ठीक है आंसर हो जाएगा ਮੋਨੋ ਦੇ ਸਟੇ ਜਿਹੜੇ ਨੇ ਸਟਾਰਟਿੰਗ ਦੇ ਵਿੱਚ ਵੀਡੀਓ ਦੇਖਣਾ ਸਟਾਰਟ ਕੀਤਾ ਸੀਗਾ ਹਾਲੇ ਤੱਕ ਵੀਡੀਓ ਨੂੰ ਪੂਰਾ ਉਹਨੇ ਦੇਖਿਆ ਤਾਂ ਹੁਣ ਉਹਨੂੰ ਲੱਗਦਾ ਕਿ ਸਬਸਕ੍ਰਾਈਬ ਕਰ ਦੇਣਾ ਚਾਹੀਦਾ ਕੋ ਸਿੱਖਣ ਨੂੰ ਮਿਲਿਆ ਤਾਂ ਬੱਚੇ ਹੁਣ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਨਾਂ ਅਗਦੇ ਤੁਹਾਡੇ ਛੋਟੇ ਭੈਣ ਭਰਾ ਉਹਨਾਂ ਨੂੰ ਸ਼ੇਅਰ ਕਰਕੇ ਰੱਖ ਦਿਓ ਆਪਣੇ ਛੋਟੇ ਭੈਣ ਭਰਾ ਨੂੰ ਵੀ ਦੱਸ ਦਿਓ ਹਨਾ ਕਜ਼ਨ ਵਗੈਰਾ ਜੇ ਕੋਈ ਪੜ ਰਿਹਾ ਹੋਵੇ ਉਹਨੇ ਚੈਨਲ ਦੇ ਉੱਪਰ ਆਪਾਂ ਨਿਊ ਸੈਸ਼ਨ ਦਾ ਬਹੁਤ ਵਧੀਆ ਕੰਟੈਂਟ ਪ੍ਰੋਵਾਈਡ ਕਰਾਉਣ ਜਾ ਰਹੇ ਹਾਂ ਠੀਕ ਆ ਹਰ ਇੱਕ ਚੀਜ਼ ਆਪਾਂ ਪ੍ਰੋਵਾਈਡ ਕਰਵਾਵਾਂਗੇ ਤੇ ਵੀਡੀਓ ਨੂੰ ਲਾਈਕ ਕਰ ਲਿਓ 댓्स ਇਟ ਐਨਾ ਕੀ ਥੋੜਾ ਤੋਂ ਮੈਂ ਅੱਜ ਤਾ ਹੁਣ ਇੰਨੋ ਕਿਥੇ ਖਤਮ ਕਰ ਰਹੇ ਆਂ ਨੈਕਸਟ ਪਾਰਟ ਤੁਹਾਨੂੰ ਅੱਜ ਬੜੀ ਜਲਦੀ ਮਿਲ ਜੂਗਾ ਠੀਕ ਹੈ ਇਹ ਥਿੰਫਰੋ ਮਾਰਕਸ ਵਾਲੇ ਵੀ ਦੇਖਾ ਦੂੰਗਾ ਤੁਹਾਨੂੰ ਡਾਇਰੈਕਸ਼ਨ 3D ਬਚਿਆ ਸਾਡੇ ਕੋਲ 3D ਤੋਂ ਬਾਅਦ LPP ਤੇ ਪ੍ਰੋਬੈਬਿਲਟੀ ਬਸ ਆ ਤਿੰਨ ਚੈਪਟਰ ਬਚੇ ਨੇ 1 ਮਾਰਕ ਦੇ ਨੈਕਸਟ ਵੀਡੀਓ ਚ ਮੈਂ ਇਕੱਠੇ ਇਹ ਤਿੰਨਾਂ ਨੂੰ ਕੰਪਲੀਟ ਕਰ ਦਾਂਗਾ ਠੀਕ ਹੈ ਜੀ ਤਾਂ ਅੱਜ ਲਈ ਆਪਣਾ ਇੰਨਾ ਕੀ ਸੀਗਾ ਤਾਂ ਮੈਨੂੰ ਦਿਓ ਇਜਾਜ਼ਤ ਓਕੇ ਜੀ ਸਤਿ ਸ਼੍ਰੀ ਅਕਾਲ ਅਕਾਲ ਚੋ